ਸਤਿਕਾਰ ਭਾਈ ਜੀ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿਕਾਰ ਇਸ ਗੱਲ ਕਰਕੇ ਕਿ ਅਸੀਂ ਅੱਜ ਹਰਜਿੰਦਰ ਵਾਲੀਆ ਯੂਟਿਊਬ ਚੈਨਲ ਦੇ ਉੱਤੇ ਇਕੱਠੇ ਹੋ ਰਹੇ ਹਾਂ ਚਾਹ ਪੀਣ ਵਾਸਤੇ ਚਾਹ ਦੀਆਂ ਚੁਸਕੀਆਂ ਲੈਣ ਵਾਸਤੇ ਤੇ ਉਹ ਨਾ ਚੁਸਕੀਆਂ ਦੇ ਦੌਰਾਨ ਆਪਾਂ ਜਿਹੜੀ ਗੱਲਾਂ ਦੇ ਉੱਤੇ ਚਰਚਾ ਕਰ ਸਕਦੇ ਹਾਂ ਉਹ ਬਹੁਤ ਮਹੱਤਵਪੂਰਨ ਵੀ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਕੁਛ ਵੀ ਹੁੰਦਾ ਹੈ ਜੋ ਕੁਛ ਵੀ ਘਟਨਾਕ੍ਰਮ ਵਾਪਰਦਾ ਹੈ ਉਹਦਾ ਕੀ ਅਸਰ ਹੁੰਦਾ ਹੈ ਉਹਨਾਂ ਗੱਲਾਂ ਦੇ ਉੱਤੇ ਚਰਚਾ ਜਿਹੜੇ ਘਟਨਾਵਾਂ ਦੇ ਉੱਤੇ ਚਰਚਾ ਕਰਾਂਗੇ ਤੇ ਅੱਜ ਅਸੀਂ ਚਾਹ ਦੇ ਉੱਤੇ ਬੁਲਾਏ ਨੇ ਉਪਜੀਤ ਬਰਾੜ ਉਪਜੀਤ ਬਰਾੜ ਤੁਸੀਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਦੇਖਦੇ ਵੀ ਆ ਰਹੇ ਹਨ ਬੇਵਾਕ ਟਿੱਪਣੀਆਂ ਵੀ ਕਰਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੱਲ ਇਹ ਹੈ ਕਿ ਦੇਖੋ ਗੱਲ ਰਾਘਵ ਚੱਡਾ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਸਰਗਰਮ ਨੇ ਉਹ ਰਾਜ ਸਭਾ ਦੇ ਮੈਂਬਰ ਵੀ ਬਣਾ ਤੇ ਭਗਵੰਤ ਮਾਨ ਉਹਨਾਂ ਨੇ ਅਤੇ ਇਹਦੇ ਨਾਲ ਨਾਲ ਕਿਹਾ ਤਾਂ ਇਹ ਵੀ ਜਾਂਦਾ ਕਿ ਉਹ ਸੁਪਰ ਮੁੱਖ ਮੰਤਰੀ ਨੇ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਪੰਜਾਬ ਦੇ ਵਿੱਚ ਭਗਵੰਤ ਮਾਨ ਕੋਈ ਵੀ ਕੰਮ ਨਹੀਂ ਕਰ ਸਕਦੇ ਖੈਰ ਇਹ ਅੱਜ ਦਾ ਚਰਚਾ ਦਾ ਵਿਸ਼ਾ ਚਰਚਾ ਦਾ ਵਿਸ਼ਾ ਤਾਂ ਹੋਰ ਹੈ ਜੇ ਦੇਖੋ ਗੱਲ ਇਹ ਆ ਰਾਘਵ ਚੱਡਾ ਨੇ ਸਾਡੇ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਵੀ ਆ ਜਾਓ ਮੇਰੀ ਮੰਗਣੀ ਹੈ ਉੱਥੇ ਗੱਡੀ ਛੱਡੂ ਖਾ ਲਓ ਹੋਰ ਬੜਾ ਕੁਛ ਕੀਤਾ ਦੱਸਿਆ ਜਾਂਦਾ ਕਿ ਜਿਹੜੀਆਂ ਰਸਮਾਂ ਸੀਗੀਆਂ ਉਹ ਵੀ ਜਿਹੜੀ ਹੈਗੀਆਂ ਉਹਨਾਂ ਨੇ ਨਿਭਾਈਆਂ ਸਿੱਖ ਮਰਿਆਦਾ ਅਨੁਸਾਰ ਖੈਰ ਇਸ ਗੱਲ ਕਰਕੇ ਕਾਫੀ ਰੌਲਾ ਰੱਪਾ ਪੈ ਗਿਆ ਕਹਿੰਦੇ ਆ ਵੀ ਜੇ ਲੱਡੂ ਤਾਂ ਚਲੋ ਸਿੰਘ ਸਾਹਿਬ ਨੇ ਕਰਦੇ ਆ ਦਰਦ ਕਹਿੰਦੇ ਜੱਸਾ ਸਿੰਘ ਪਟੋਰਾ ਦੇ ਹੋਣ ਲੱਗ ਗਿਆ ਆਪਾਂ ਪੁੱਛਦੇ ਹਾਂ ਉਪਜੀਤ ਬਰਾੜ ਨੂੰ ਵੀ ਇਹ ਦਰਦ ਕਾਹਦੇ ਹੋ ਰਿਹਾ ਜੀ ਦਰਸ਼ਨ ਸਿੰਘ ਜੀ ਪਹਿਲਾਂ ਤਾਂ ਜਿਹੜਾ ਚਾਹ ਦਾ ਜਿਹੜਾ ਹੈਗਾ ਇਹ ਬੜਾ ਵਧੀਆ ਹੈਗਾ ਹੈ ਕਿ ਚਲੋ ਸ਼ੁਕਰ ਆ ਤੁਸੀਂ ਚਾਹ ਦਾ ਪਲਾਈ ਅਤੇ ਇਹ ਚਾਹ ਦੇ ਦੌਰਾਨ ਇਹ ਜਿਹੜੀ ਆਹ ਇੱਕ ਗੱਲ ਚੱਲ ਰਹੀ ਆ ਜਥੇਦਾਰ ਦੀ ਹਰਪ੍ਰੀਤ ਸਿੰਘ ਦੀ ਇਹ ਵਾਕਈ ਜੋ ਵਿਰਸਾ ਸਿੰਘ ਬਲਟੋਹੇ ਦੇ ਜੋ ਜਿਵੇਂ ਉਹ ਕਹਿੰਦੇ ਵੀ ਦਰਦ ਹੋ ਰਿਹਾ ਤਾਂ ਮੈਂ ਕਹਿੰਦਾ ਵੀ ਠੀਕ ਹੋਇਆ ਉਹ ਕੋਈ ਜਿਹੜਾ ਦਰਦ ਇਕੱਲਾ ਉਹਦੇ ਨਹੀਂ ਹੋ ਰਿਹਾ ਸਾਰੀ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਸਿੱਖ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਆ ਦੁਨੀਆਂ 'ਚ ਵੱਸਦੇ ਸਾਰੇ ਸਿੱਖਾਂ ਨੂੰ ਹੋ ਰਿਹਾ ਅਤੇ ਇਹ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਕਿਉਂਕਿ ਹੁਣ ਜਿਹੜੇ ਇਹ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਅਤੇ ਦੁਨੀਆਂ ਦੇ ਸਾਰੇ ਤਖ਼ਤਾਂ ਤੋਂ ਸੁਪਰੀਮ ਮੰਨਿਆ ਗਿਆ ਅਕਾਲ ਤਖ਼ਤ ਸਾਹਿਬ ਨੂੰ ਜੇ ਤੁਸੀਂ ਕਿਸੇ ਇੱਕ ਜੱਜ ਦੀ ਗੱਲ ਕਰੀਏ ਨਾ ਆਪਾਂ ਦਰਸ਼ਨ ਜੀ ਜੇ ਜੱਜ ਦੀ ਆਪਾਂ ਗੱਲ ਕਰਦੇ ਹਾਂ ਅਤੇ ਕਿਸੇ ਜੱਜ ਦੀ ਆਮ ਜੱਜ ਦੇ ਕੋਈ ਜਿਹੜਾ ਕੋਰਟ ਦੇ ਵਿੱਚ ਲੱਗਿਆ ਹੁੰਦਾ ਤਾਂ ਉਹਦੇ 'ਤੇ ਵੀ ਇੱਕ ਕੋਡ ਆਫ ਕੰਡਕਟ ਲਾਗੂ ਹੁੰਦਾ ਉਹ ਛੇਤੀ ਕਿਤੇ ਨਾ ਜਿਹੜੇ ਆਮ ਫੰਕਸ਼ਨਾਂ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਲੋਕ ਉਹਨਾਂ ਦੀ ਕ੍ਰੈਡੀਬਿਲਟੀ 'ਤੇ ਸ਼ੱਕ ਨਾ ਕਰਨ ਲੋਕ ਇਹ ਨਾ ਸ਼ੱਕ ਕਰਨ ਵੀ ਇਹ ਇਹਨਾਂ ਨਾਲ ਮਿਲਿਆ ਵੈ ਜਾਂ ਇਹ ਆ ਉਹ ਪੂਰਾ ਤਰ੍ਹਾਂ ਭਾਵੇਂ ਲੱਖ ਤੁਹਾਡੇ ਨਾਲ ਪਰਸਨਲ ਰਿਲੇਸ਼ਨ ਹੋਣ ਉਹ ਛੇਤੀ ਕਿਤੇ ਪ੍ਰਾਈਵੇਟ ਫੰਕਸ਼ਨਾਂ ਨੂੰ ਅਵੋਇਡ ਕਰਦੇ ਹਾਂ ਅਤੇ ਇਸ ਤਰ੍ਹਾਂ ਹੀ ਹਾਈ ਕੋਰਟ ਦੇ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਤਾਂ ਤੁਸੀਂ ਕਦੇ ਵੱਡਾ ਹੀ ਕੋਈ ਬਹੁਤ ਜ਼ਿਆਦਾ ਜਿੱਥੇ ਕੋਈ ਕੋਨਸਟੀਟਿਊਸ਼ਨਲ ਲੈ ਕੇ ਕੋਈ ਪ੍ਰੋਗਰਾਮ ਹੋ ਰਿਹਾ ਹੋਵੇ ਵੱਡੇ ਕੋਈ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਆ ਰਹੇ ਉੱਥੇ ਤਾਂ ਬੇਸ਼ੱਕ ਆ ਜਾਣ ਪਰ ਤੁਹਾਨੂੰ ਆਮ ਪ੍ਰੋਗਰਾਮ 'ਚ ਨਜ਼ਰ ਨਹੀਂ ਆਉਣਗੇ ਅਤੇ ਇਹ ਤਾਂ ਮੈਂ ਸੋਚ ਰਿਹਾ ਵੀ ਇਹ ਤਾਂ ਹੱਦੇ ਕਰਤੀ ਸਾਰੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਆ ਇਸ ਸ਼ਖਸ ਨੂੰ ਜਿਹਨੂੰ ਮੇਰਾ ਅੱਜ ਮੈਂ ਸਪਸ਼ਟ ਮੇਰਾ ਨਾ ਮਨ ਜਥੇਦਾਰ ਕਹਿਣ ਨੂੰ ਹੀ ਨਹੀਂ ਮਨ ਕਰ ਰਿਹਾ ਅੱਜ ਇਹਨੂੰ ਕਿਉਂਕਿ ਜਥੇਦਾਰ ਕਹਿਣ ਨੂੰ ਵੀ ਮਨ ਕਰੋ ਜਥੇਦਾਰੀ ਦੇ ਲਫ਼ਜ਼ 'ਤੇ ਇਹਨੇ ਧੱਬਾ ਲਾ ਦਿੱਤਾ ਜੋ ਮੈਂ ਦੇਖ ਰਿਹਾ ਨਹੀਂ ਬਰਾੜ ਸਾਹਿਬ ਇੱਕ ਹੋਰ ਵੀ ਗੱਲ ਹੈ ਅੱਜ ਰਾਘਵ ਚੱਡੇ ਦੇ ਉੱਤੇ ਦਾ ਬੜਾ ਬੋਲਿਆ ਜਾ ਰਿਹਾ ਜਦੋਂ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ 'ਤੇ ਗਿਆ ਸੀਗੇ ਉਦੋਂ ਤਾਂ ਕੋਈ ਬੋਲਿਆ ਨਹੀਂ ਹੈਗਾ ਦੇਖੋ ਗੱਲ ਤੁਹਾਡੀ ਬਿਲਕੁਲ ਸਹੀ ਆ ਚਰਨਜੀਤ ਇਹਨਾਂ ਦਾ ਜਿਹੜਾ ਜਹ ਅਕਾਲ ਤਖ਼ਤ ਦਾ ਜਥੇਦਾਰ ਆ ਚਾਹੇ ਚੰਨੀ ਦਾ ਵਿਆਹ ਹੈ ਚਾਹੇ ਹੋਰ ਆ ਇਹਨੂੰ ਕਿਸੇ ਆਪਣੇ ਉਸ ਹਿਸਾਬ ਦੇ ਨਾਲ ਕਿਉਂਕਿ ਵਿਆਹਾਂ ਦੇ ਵਿੱਚ ਜਿਹੜਾ ਜਾਣਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹਨੂੰ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਠੀਕ ਆ ਇਹਦੀ ਇੱਕ ਪ੍ਰਾਈਵੇਟ ਲਾਈਫ ਹੋਣੀ ਆ ਪਰ ਇਹ ਲਾਈਫ ਇਹਨੂੰ ਸਮਝਣਾ ਚਾਹੀਦਾ ਵੀ ਇਹਦੀ ਲਾਈਫ ਤੋਂ ਉੱਪਰ ਅਕਾਲ ਤਖ਼ਤ ਦੇ ਸਿਧਾਂਤ ਆ ਅਕਾਲ ਤਖ਼ਤ ਜਿਹੜਾ ਸੁਪਰੀਮ ਆ ਅਤੇ ਉੱਥੇ ਜਿਹੜਾ ਇੱਥੇ ਤੱਕ ਕਿ ਪਤਿਤ ਸਿੱਖ ਦੀ ਅਰਦਾਸ ਵੀ ਨਹੀਂ ਹੋ ਸਕਦੀ ਅਤੇ ਉੱਥੇ ਜਿਹੜੇ ਕਿ ਸੁਰਖੀਆਂ ਬਿੰਦੀਆਂ ਵਾਲੇ ਆ ਨਾ ਉਹਨਾਂ ਨੂੰ ਵੀ ਉੱਥੇ ਕਿਸੇ ਸਮੇਂ ਵਰਜਿਤ ਸੀਗਾ ਉੱਥੇ ਅਕਾਲ ਤਖ਼ਤ ਸਾਹਿਬ ਦੇ
क्योंकि अकाल तख्त का जहेदार दुनिया के सारे तख्तों में सुप्रीम आ, उसका एक वक्रा सिद्धांत आ, वो हर इदा नहीं जा सकता, और वह भी उन्होंने देख जाने तो पहला सोचना चाहिए भी कि यह सिख कौम के सिद्धांतों के अनुरूप भी है कि नहीं। तुम देखो उ राघव चड्ढा, जे मैं हूँ गल एक होर कर देव, राघव चड्ढा वो दिल्ली की सरकार का नुमाइंदा है, दिल्ली की सरकार का नुमाइंदा है, जिदे को फाइल पई है दविंदरपाल भुलर की, दविंदरपाल भुलर की जी रिहाई की फाइल आ, ਉਹਦੇ ਕੋਲ ਸਾਲਾਂ ਬੱਧੀ ਲਟਕ ਰਹੀ ਆ ਅਤੇ ਹਰ ਮੀਟਿੰਗ ਦੇ ਵਿੱਚ ਜਵਾਬ ਦੇ ਦਿੱਤਾ ਜਾਂਦਾ, ਜਦੋਂ ਕਿ ਇੱਥੇ ਇਲੈਕਸ਼ਨਾਂ ਦੇ ਵਿੱਚ ਵੀ ਪਿੱਛੇ ਦੇ ਵਿੱਚ ਇਹਨਾਂ ਨੇ ਕਿਹਾ ਵੀ ਇਲੈਕਸ਼ਨ ਵਾਲਾ ਟਾਈਮ ਇਹਨੂੰ ਬਾਅਦ 'ਚ ਹੱਲ ਕਰਾਂਗੇ। ਇਹਨੇ ਹੱਲ ਕਰਿਆ ਕੀ? ਅਕਾਲ ਤਖ਼ਤ ਦੇ ਜਹੇਦਾਰ ਨੇ ਉਹ ਹੱਲ ਕਰਾ ਕੇ ਗਿਆ, ਉਹਦਾ ਜਾ ਕੇ ਚਲਾ ਗਿਆ ਉੱਥੇ, ਉਹਦਾ ਲੱਡੂ ਖਾਣ ਚਲਿਆ ਗਿਆ, ਚਾਹ ਪੀਣ ਚਲਿਆ ਗਿਆ। ਮੈਂ ਤਾਂ ਹੈਰਾਨ ਹਾਂ, ਪਤਾ ਨਹੀਂ ਕੀ ਕਰਦਾ ਰਿਹਾ। ਸਭ ਤੋਂ ਹੈਰਾਨੀ ਤਾਂ ਅਫਸੋਸ ਇਸ ਗੱਲ ਦਾ ਹੈ, ਜਦੋਂ ਇਹ ਜਹੇਦਾਰ ਬੜਿਆ ਉੱਥੇ, ਜਹੇਦਾਰ ਦਾ ਮੈਂ ਇਹਨੂੰ ਕਹਿਣਾ ਨਹੀਂ ਚਾਹੁੰਦਾ, ਹੁਣ ਜਹੇਦਾਰੀ ਦੇ ਲਾਇਕ ਨਹੀਂ ਹੈਗਾ ਇਹ ਬੰਦਾ। ਜਹੇਦਾਰ ਜਦੋਂ ਉੱਥੇ ਬੜਿਆ ਹੈ ਤਾਂ ਉੱਥੇ ਪੱਤਰਕਾਰਾਂ ਨੇ ਇਹਦੇ ਹੱਸੇ ਆ, ਪੱਤਰਕਾਰ ਕਮੈਂਟ ਕਰ ਰਹੇ ਤੇ ਆਓ ਜੀ ਬਾਬਾ ਜੀ, ਆਓ ਜੀ, ਆਓ ਜੀ ਬਾਬਾ ਜੀ, ਆਓ ਜੀ। ਤੁਸੀਂ ਦੇਖੀ ਵੀਡੀਓ ਕਿਵੇਂ ਕਰ ਰਹੇ ਆ? ਇੱਕ ਜਕਾਲ ਤਖ਼ਤ ਦੇ ਜਹੇਦਾਰ ਦੀ ਇੰਨੀ ਤੋਹੀਨ, ਇਹਨੇ ਸਿੱਖ ਕੌਮ ਦਾ ਇਹਨੇ ਸਿਰ ਨਿਵਾ ਕਰਤਾ ਇਸ ਬੰਦੇ ਨੇ। ਕਦੇ ਕਦੇ ਕਿਸੇ ਸਿੱਖ ਦੇ ਕਰਕੇ ਹੈ, ਇੰਨੇ ਸਿੱਖਾਂ 'ਤੇ ਤਸ਼ੱਦਦ ਹੋਇਆ, ਇੰਨੇ ਸਿੱਖਾਂ ਦੇ ਆ ਪਿਛਲੇ ਸਮੇਂ 'ਚ NSA ਲੱਗੀ, ਕਦੇ ਕਿਸੇ ਦੇ ਘਰ 'ਚ ਗਿਆ, ਇੰਨੇ ਸ਼ਹੀਦ ਹੋ ਗਏ, ਕਦੇ ਬੇਅਦਬੀ ਦੇ ਮੋਰਚੇ ਲਾਈ ਬੈਠੇ, ਕਦੇ ਉੱਥੇ ਗਿਆ। ਦੇਖੋ ਬਰਾੜ ਸਾਹਿਬ, ਬਰਾੜ ਸਾਹਿਬ ਤੁਹਾਡਾ ਗੁੱਸਾ ਬੜਾ ਜਾਇਜ਼ ਹੈ, ਪਰ ਇਹ ਹੈ ਕਿ ਜਦ ਹੁਣ ਇਹ ਪਿਛਲੇ ਕੁਛ ਗਰਮ ਖਿਆਲੀ ਸਿੱਖਿਆ ਦੀ ਗੱਲਬਾਤ ਚੱਲੀ ਸੀ, ਉਦੋਂ ਵੀ ਇਹਨੇ ਮਤਲਬ ਹਾਂ ਦੀ ਗੱਲ, ਜਿਹੜੇ ਹਾਂ ਦੀ ਕਹਿੰਦੇ ਹੁੰਦੇ ਆਪਾਂ ਨਾਰਾ ਮਾਰਿਆ ਸੀਗਾ, ਤੇ ਇਸ ਤੋਂ ਇਲਾਵਾ ਵੀ ਉਹ ਹਮੇਸ਼ਾ ਹੀ ਤੁਹਾਨੂੰ ਟਵੀਟ ਟਵੀਟ ਕਰਕੇ ਕਈ ਵਾਰ ਭਗਵੰਤ ਮਾਨ ਨਾਲ ਵੀ ਉਹ ਅੱਡਾ ਲੈ ਲੈਂਦੇ ਨੇ। ਤੇ ਪਰ ਇਹ ਹੈ ਵੀ ਚਲੋ ਜਿਹੜੇ ਸਿੱਖਾਂ ਦੀ ਚੀਜ਼ ਹੈ ਉਹ ਮੈਂ ਮਹਿਸੂਸ ਕਰਦਾ ਵੀ ਤੁਸੀਂ ਵੀ ਮਹਿਸੂਸ ਕਰ ਰਹੇ ਹੋ, ਪਰ ਫਿਰ ਵੀ ਇਹ ਹੈ ਕਿ ਗੱਲ ਤਾਂ ਇਹ ਹੈ ਕਿ ਜਿਹੜੇ ਜਿਹੜੇ ਆਪਣੇ ਬੇਸ਼ੱਕ ਹੁਣ ਆਪਾਂ ਰੰਗ ਚੱਡਾਂ ਦੇ ਮਾਮਲੇ ਦੇ ਵਿੱਚ ਤਾਂ ਬੜਾ ਪੁੱਟਦੇ ਆ, ਪਰ ਜਦੋਂ ਸੁਖਬੀਰ ਬਾਦਲ ਉਹਨਾਂ ਨੇ ਇਹਨਾਂ ਦੀ ਜਿਹੜੀ ਅਕਾਲ ਤਖ਼ਤ ਦੇ ਜਥੇਦਾਰ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਦੁਰਵਰਤੋਂ ਕੀਤੀ ਆ ਉਹਦੇ ਬਾਰੇ ਤਾਂ ਬੜਾ ਘੱਟ ਬੋਲਿਆ ਜਾਂਦਾ ਰਿਹਾ। ਦੇਖੋ ਉਹਦੇ ਬਾਰੇ ਵੀ ਜਿਹੜੇ ਲੋਕ ਆ, ਸੁਹਿਰਦ ਪੰਥਕ ਲੋਕ ਬੋਲਦੇ ਰਹੇ ਆ, ਲੋਕਾਂ ਨੇ ਬਹੁਤ ਜ਼ਿਆਦਾ ਆਵਾਜ਼ ਬੁਲੰਦ ਕੀਤੀ ਆ, ਇੱਥੋਂ ਤੱਕ ਕਿ ਜਦੋਂ ਪ੍ਰੇਮੀਆਂ ਨੂੰ ਮਾਫ਼ ਕੀਤਾ ਅਕਾਲ ਤਖ਼ਤ ਵੱਲੋਂ, ਜਦੋਂ ਗਿਆਨੀ ਗੁਰਬਚਨ ਸਿੰਘ ਸੀਗਾ ਤਾਂ ਪੰਜਾਬ ਭਰ ਦੇ ਲੋਕਾਂ ਨੇ ਪ੍ਰੋਟੈਸਟ ਕੀਤੇ, ਅਤੇ ਉਹੀ ਨਤੀਜਾ ਵੀ ਅੱਜ ਸੁਖਬੀਰ ਹੋਣੀ ਫਿਰ ਸੱਤਾ ਤੋਂ ਬਾਹਰ ਵੀ ਤੁਰੇ ਫਿਰਦੇ ਆ। ਜੇ ਉਹਨਾਂ ਨੇ ਅਕਾਲ ਤਖ਼ਤ ਦੀ ਮਰਿਆਦਾ ਨਾਲ ਖਿਲਵਾੜ ਕੀਤੀ, ਅੱਜ ਉਹੀ ਸੁਖਬੀਰ ਬਾਦਲ ਆ ਜਿਹੜਾ ਕਿ ਹਰ ਥਾਂ 'ਤੇ ਜਿਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕ ਕੋਈ ਉਹਨਾਂ ਨੂੰ ਮਾਫ਼ ਨਹੀਂ ਕਰ ਰਹੇ, ਅਤੇ ਨਾ ਹੀ ਉਹਨਾਂ ਦੇ ਜਿਹੜੇ ਪਿਛਲੇ ਕਾਲੇ ਕਾਰਨਾਮੇ ਆ ਉਹਨਾਂ ਦਾ ਖਹਿੜਾ ਛੱਡ ਰਹੇ ਆ। ਅਤੇ ਜਹੇਦਾਰ ਨੂੰ ਇੱਥੇ ਸਬਕ ਲੈਣਾ ਚਾਹੀਦਾ ਸੀਗਾ ਵੀ ਇਹ ਜਿਹੜਾ ਜਹੇਦਾਰ ਆ ਇਹਨੂੰ ਸਿੱਖ ਸਿਧਾਂਤਾਂ ਦੇ ਤਹਿਤ ਇਹ ਬਿਆਨ ਦਿੰਦਾ, ਇਹਦਾ ਬਿਆਨ ਵਾਲਾ ਜਹੇਦਾਰ ਆ। ਮੇਰੇ ਖਿਆਲ 'ਚ ਜਹੇਦਾਰ ਘੱਟ ਹੈ, ਰਾਜਨੀਤਿਕ ਪਾਰਟੀਆਂ ਦਾ ਬੰਦਾ ਜ਼ਿਆਦਾ ਲੱਗਣ ਲੱਗ ਗਿਆ, ਅਤੇ ਇਹਨੂੰ ਮੈਂ ਤਾਂ ਇੱਕ ਵਿਰਸਾ ਸਿੰਘ ਬਟੋਹੇ ਨਾਲ ਵੀ ਥੋੜ੍ਹੀ ਜਿਹੀ ਅੱਗੇ ਗੱਲ ਹੋਰ ਕਰ ਦਿੰਦਾ ਵੀ ਮੇਰੇ ਹਿਸਾਬ ਦੇ ਵਿੱਚ ਇਹਨੂੰ ਹੁਣ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਨਾ ਇਹਨੂੰ ਜਹੇਦਾਰ ਛੱਡ ਕੇ ਉਹਦੇ 'ਚ ਪਾਰਟੀਸਪੇਟ ਕਰ ਲੈਣਾ ਚਾਹੀਦਾ, ਕਿਉਂਕਿ ਇਹਦੇ ਜਿੰਨੇ ਇਹਨੇ ਬਿਆਨ ਦੇ ਆ ਇਹਨੇ ਕਰਿਆ ਕੀ ਆ? ਇਹਨੇ ਮੇਰੀ ਗੱਲ ਸੁਣੋ, ਇਹਨੇ ਜਿਹੜਾ ਬਿਆਨ ਇਹਨੇ ਦੇ ਤਾ ਵੀ ਆ ਦੇਖੋ ਵੀ ਆ ਜਿਹੜੇ ਆ ਇੱਕ SSP ਨੇ ਰਿਆਸਤੀ ਝੰਡੇ ਨੂੰ ਲੈ ਕੇ ਇਹ ਵੀ ਇਹਨੇ ਖਾਲਿਸਤਾਨੀ ਝੰਡੇ ਕਹਿ ਤੇ, ਗੋਦੀ ਮੀਡੀਆ ਨੇ ਐਂ ਕਰਤਾ ਵੋ ਕਰਤਾ, ਕਿਹੜੇ ਪਰਚੇ ਦਰਜ ਹੋ ਗਏ? ਕਿਹਨਾਂ ਨੂੰ ਕਟਹਿਰੇ 'ਚ ਬੁਲਾ ਲਿਆ? ਕਿਸੇ ਨੂੰ ਬੁਲਾਇਆ? ਜੇ ਉਹਨਾਂ ਨੇ ਨਹੀਂ ਬੁਲਾਇਆ ਤਾਂ ਇਹਨੇ ਕੀ ਐਕਸ਼ਨ ਲੈ ਲਿਆ? ਮਤਲਬ ਮੈਂ ਬਿਆਨ ਦਊਂਗਾ ਤੁਸੀਂ ਕੁਛ ਕਰਿਓ ਨਾ, ਗੱਲ ਤਾਂ ਸਾਰਾ ਕੁਛ ਇੱਦਾਂ ਹੋ ਰਿਹਾ। ਅਤੇ ਉਸ ਤੋਂ ਪਹਿਲਾਂ ਇਹ ਜਿਨ੍ਹਾਂ ਦੇ NSA ਲੱਗੀ ਆ ਇਹਨੇ ਬਿਆਨ ਦਿਆ ਵੀ ਸਰਕਾਰ ਆਪਣੀ ਹਰਕਤਾਂ ਤੋਂ ਬਾਹਰ ਆ ਜਾਵੇ, ਜਿਹੜੇ ਨਜਾਇਜ਼ ਫੜਿਆ ਛੱਡ ਦੇਵੇ, ਛੱਡਤੇ ਸਰਕਾਰ ਨੇ, ਸਾਰੇ ਜਮਾਨਤਾਂ 'ਤੇ ਆ ਰਹੇ ਆ, ਜਿਹੜੇ ਬੰਦੇ ਹੁਣ 57 ਵਾਲੇ ਵੀ ਆ ਉਹ ਵੀ ਆਪਣੀਆਂ ਜਮਾਨਤਾਂ ਕਰਾ ਕੇ ਆ ਰਹੇ ਆ, ਜਾਂ ਦੂਜੇ ਕੇਸਾਂ ਵਾਲੇ ਵੀ ਜਮਾਨਤਾਂ ਕਰਾ ਕੇ ਆ ਰਹੇ ਆ। ਜਹੇਦਾਰ ਦੇ ਜਹੇਦਾਰ ਬਿਆਨ ਦਿੰਦਾ ਅਤੇ ਬਿਆਨ ਦੇਣ ਤੋਂ ਬਾਅਦ ਚੁੱਪ ਕਰ ਜਾਂਦਾ। ਇਹ ਹਾਂ ਦਾ ਨਾਰਾ ਮਾਰਨ ਵਾਲਾ ਕੰਮ ਤੀਏ ਬੰਦੇ ਦਾ ਹੁੰਦਾ। ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀਗਾ, ਉਹਨੂੰ ਯਾਦ ਕਰਦੇ ਆ। ਜਹੇਦਾਰ ਦਾ ਕੰਮ ਨਹੀਂ, ਜਹੇਦਾਰ ਦਾ ਕੰਮ ਹੁੰਦਾ ਮੈਦਾਨ 'ਚ ਜਾ ਕੇ ਅਗਵਾਈ ਕਰਨ ਦਾ। ਅਕਾਲੀ ਫੁੱਲਾ ਸਿੰਘ ਵਾਂਗੂ, ਭਾਈ ਮਨੀ ਸਿੰਘ ਵਾਂਗੂ, ਜੱਸਾ ਸਿੰਘ ਆਲੂ ਵਾਲੀਆਂ ਵਾਂਗੂ ਕਿਹੜੀ ਅਗਵਾਈ ਕਰ ਰਹੇ ਆ? ਸਿਰਫ ਬਿਆਨ ਦੇਣੇ, ਕਿਰਪਾਨ ਚੱਕ ਕੇ ਕਦੇ ਕਦੇ ਕਿਸੇ ਦੇ ਵਿਆਹ 'ਚ, ਜਿਵੇਂ ਚੰਨੀ ਦੇ ਵਿਆਹ 'ਚ ਚਲੇ ਗਏ, ਕਦੇ ਕਿਸੇ ਦੇ, ਕਦੇ ਕਿਸੇ ਦੇ, ਕਦੇ ਕੋਈ SSP ਆ ਗਿਆ ਉਹਨੂੰ ਮਿਲ ਲੈਂਦੇ ਹਾਂ, ਕਦੇ ਕੋਈ DIG ਆ ਗਿਆ ਉਹਨੂੰ ਮਿਲ ਲੈਂਦੇ ਹਾਂ, ਕੋਈ BJP ਦਾ ਲੀਡਰ ਵੱਡਾ ਆ ਜਾਂਦਾ ਉਹਨੂੰ ਮਿਲ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ। ਪਰ ਜਦੋਂ ਸਿੱਖਾਂ ਦੇ ਅਸਲੀ ਨੁਮਾਇੰਦੇ ਮਿਲਣ ਜਾਂਦੇ ਹਾਂ ਸਿੱਖੀ ਬਾਰੇ, ਉਹਨਾਂ ਨੂੰ ਮਿਲਣ ਤੋਂ ਜਵਾਬ ਦੇ ਦਿੰਦੇ ਹਾਂ? ਇੱਕ ਮੈਂ ਤਾਂ ਹੈਰਾਨ ਹੋ ਰਿਹਾ ਵੀ ਇਹ ਸਿਸਟਮ ਕੀ ਚੱਲ ਰਿਹਾ।
ਇਹ ਗੱਲ ਬਾਕੀ ਵਿਰਸਾ ਸਿੰਘ ਬਲਟੋਹਾ ਜੇ ਕਹਿੰਦਾ ਵੀ ਕੌਮ ਦਾ ਰੱਬ ਰੱਖਾ ਤਾਂ ਉਹ ਗਲਤ ਨਹੀਂ ਕਹਿ ਰਿਹਾ, ਸਹੀ ਹੀ ਕਹਿ ਰਿਹਾ। ਉਹਦੇ ਨਾਲ ਮੇਰੇ ਲੱਖ ਮਤਭੇਦ ਹੋਣ, ਪਰ ਇਸ ਇਸ਼ੂ 'ਤੇ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਵੀ ਉਹ ਬਿਲਕੁਲ ਸਹੀ ਕਹਿ ਰਿਹਾ। ਜੋ ਕਿਰਕਰੀ ਕੱਲ੍ਹ ਹਰਪ੍ਰੀਤ ਸਿੰਘ ਨੇ ਕਰਾਈ ਆ ਰਾਘਵ ਚੱਡੇ ਦੇ ਵਿਆਹ 'ਚ, ਆ ਰਾਘਵ ਚੱਡਾ ਯਾਰ ਤੁਸੀਂ ਦੇਖੋ ਇਹਦੇ ਸਾਹਮਣੇ ਖਾਲੀ ਇਹਨੇ ਇੱਥੇ ਕਿਰਕਰੀ ਨਹੀਂ ਕਰਾਈ ਜਥੇਦਾਰ ਹਰਪ੍ਰੀਤ ਸਿੰਘ ਨੇ, ਉੱਥੇ ਕੀਰਤਨ ਹੋ ਰਿਹਾ। ਇੱਕ ਕੀਰਤਨੀ ਜਥਾ ਵੀ ਆ ਪਟਿਆਲੇ ਦਾ ਹੀ ਆ, ਕੀਰਤਨੀ ਜਥਾ ਵੀ ਕੋਈ ਜਸਕਰਨ ਸਿੰਘ ਪਤਾ ਨਹੀਂ ਕਿਹਦੇ ਨਾਂ ਦਾ ਕੋਈ ਰਾਗੀ ਸਿੰਘ ਆ, ਉਹ ਕੀਰਤਨ ਕਰ ਰਹੇ ਆ। ਉੱਥੇ ਰਾਘਵ ਚੱਡਾ ਜੀ ਸੋਫਿਆਂ 'ਤੇ ਬੈਠੇ ਆ, ਪ੍ਰਨੀਤੀ ਚੋਪੜਾ ਜੀ ਸੋਫਿਆਂ 'ਤੇ ਬੈਠੇ ਆ, ਸਾਹਮਣੇ ਬੈਠੇ ਆ, ਤੇ ਇਹਦੇ ਮੂੰਹ ਤੋਂ ਇੱਕ ਲਫ਼ਜ਼ ਵੀ ਨਿਕਲਿਆ ਕੀ ਕਰਦੇ ਆ? ਤੁਸੀਂ ਜ਼ਿਆਦਾ ਭਾਵੁਕ ਹੋ ਰਹੇ ਹੋ, ਠੀਕ ਹੈ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹੋ। ਰਾਘਵ ਚੱਡਾ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਇਹ ਵੀ ਕਿਹਾ ਜਾਂਦਾ ਵੀ ਸੁਪਰ ਮੁੱਖ ਮੰਤਰੀ ਆ, ਗਾਹ ਦੇਖੋ ਉਹ ਐਡੀ ਵੱਡੀ ਐਕਟਰੈਸ ਹੈ। ਅਸਲ 'ਤੇ ਗੱਲ ਇਹ ਹੈ ਕਿ ਵੀ ਇਹਨਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਸਿਖਾਇਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ ਹੈਗਾ। ਉੱਥੇ ਹੋਰ ਵੀ ਬਹੁਤ ਬੈਠੇ ਸੀਗੇ, ਭੰਗੜਾ ਸਾਹਿਬ 'ਤੇ ਭਾਈ ਰਣਜੀਤ ਸਿੰਘ ਵੀ ਬੈਠੇ ਸੀਗੇ, ਉਹਨਾਂ ਨੇ ਦੱਸਿਆ ਨਹੀਂ ਹੈਗਾ। ਇਹ ਵੀ ਉਹਨਾਂ ਦੀ ਵੀ ਗੱਲ ਮਾੜੀ ਹੈ ਵੀ ਉਹਨਾਂ ਨੇ ਇਹ ਗੱਲਾਂ ਕਿਉਂ ਨਹੀਂ ਦੱਸਿਆ ਵੀ ਤੁਸੀਂ ਜਦੋਂ ਕੀਰਤਨ ਚੱਲਦਾ ਹੈ ਜਾਂ ਆਪਣੇ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ ਵੀ ਤੁਸੀਂ ਬੈਠ ਕੇ ਹੇਠਾਂ ਅੱਧ ਦੇ ਨਾਲ ਬੈਠੋ। ਉਹਨਾਂ ਦੇ ਕਿਹੜਾ ਗੋਡੇ ਦੁਖਦੇ ਸੀਗੇ ਵੀ ਜਿਹੜਾ ਵੀ ਉਹ ਨੌਜਵਾਨ ਹੈ ਜਦੋਂ ਫਲਦਾਰ ਉਹਨਾਂ ਦੀ ਜ਼ਿੰਦਗੀ ਸ਼ੁਰੂ ਕਰਨੀ ਸੀਗੀ। ਮੈਂ ਕਹਿੰਦਾ ਵੀ ਬਰਾੜ ਸਾਹਿਬ ਐਂ ਕਰੋ ਵੀ ਥੋੜ੍ਹਾ ਜਿਹਾ ਪਾਣੀ ਪੀ ਲਓ, ਫਿਰ ਬਾਅਦ ਵਿੱਚ ਚਾਹ ਹੋਰ ਪੀ ਲਿਓ, ਫਿਰ ਆਪਾਂ ਥੋੜ੍ਹੀ ਜਿਹੀ ਗੱਲਬਾਤ ਹੋਰ ਵੀ ਕਰਦੇ ਹਾਂ। ਸੁਖਬੀਰ ਬਾਦਲ ਨੇ ਜਿਹੜੇ ਢੰਗ ਦੇ ਨਾਲ ਪਾਣੀ ਦਾ ਆਪਾਂ ਪੀ ਲੈਂਦੇ ਹਾਂ, ਪਰ ਮੈਂ ਤੁਹਾਡੀ ਗੱਲ ਦਰਸ਼ੀ, ਮੈਂ ਵਿੱਚੇ ਤੁਹਾਡੀ ਨਾਲ ਮੈਂ ਗੱਲ ਕਰ ਰਿਹਾ, ਜਿਹੜੀ ਮੇਰੀ ਗੱਲ ਸੁਣੋ, ਕਿਉਂਕਿ ਚਾਹ ਬੜੀ ਹੈ, ਚਾਹ ਵੀ ਠੰਡੀ ਹੋ ਰਹੀ ਹੈ, ਵਧੀਆ ਚੰਗੀ ਗੱਲ ਆ ਇਹ। ਗੱਲ ਪਤਾ ਕੀ ਹੈ, ਹੁਣ ਜਿਹੜੇ ਗੱਲਾਂ ਦਾ ਹੁਣ ਨਿਕਲ ਰਹੀਆਂ, ਜੇ ਤੁਸੀਂ ਪਾਣੀ ਪਿਲਾਓਗੇ ਫਿਰ ਤਾਂ ਠੰਡਾ ਕਰ ਦੋਗੇ। ਗੱਲ ਪਤਾ ਕੀ ਆ, ਪਿੱਛੇ ਜੇ ਸੁਣੋ ਗੱਲ ਮੇਰੀ ਧਿਆਨ ਨਾਲ, ਪਿੱਛੇ ਜੇ ਇੰਦੌਰ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਕੀ ਹੋਇਆ, ਉੱਥੇ ਇੱਕ ਬਹੁਤ ਤਕੜੇ ਪ੍ਰਚਾਰਕ ਆ, ਮੈਂ ਨਾਂ ਮੇਰੇ ਦਿਮਾਗ 'ਚ ਹੁਣ ਉਹਨਾਂ ਦਾ ਹੈ ਨਹੀਂ, ਉਹਨਾਂ ਨੂੰ ਉਸ ਗੁਰ ਸਿੰਘ ਸਭਾ ਵਾਲਿਆਂ ਨੇ ਬੁਲਾਇਆ ਸੀਗਾ ਗੁਰਦੁਆਰਾ ਸਾਹਿਬ ਨੇ, ਅਤੇ ਉੱਥੇ ਉੱਥੋਂ ਦੇ ਮੁੱਖ ਮੰਤਰੀ ਕਮਲਨਾਥ ਵੀ ਆਏ ਹੋਏ ਸੀਗੇ ਉਸ ਸਮੇਂ। ਕਮਲਨਾਥ ਨੂੰ ਉਹ ਸਰੋਪਾ ਲੱਗੇ ਦੇਣ, ਉਹਨੇ ਟੋਕਦਾ ਸੀਗਾ, ਉਹ ਕਹਿੰਦਾ ਸ਼ਰਮ ਕਰੋ, ਤਾਂ ਹੀ ਤੁਹਾਡੇ ਕਹਿੰਦਾ ਗਲਾਂ 'ਚ ਟਾਇਰ ਪੈਂਦੇ ਆ, ਕਹਿੰਦਾ ਤੁਸੀਂ ਆਪਣੀਆਂ ਛਿੱਤਰ ਖਾ ਕੇ ਅਜੇ ਵੀ ਛਿੱਤਰ ਖਾਣ ਤੋਂ ਹਟੇ ਨਹੀਂ, ਕਹਿੰਦਾ ਇਹੀ ਛਿੱਤਰ ਪੈਣਗੇ ਜੇ ਹਰਕਤਾਂ ਕਰੋਗੇ। ਦੇਖੋ ਉਹਨੇ ਉਹਦੀ ਜ਼ਮੀਰ ਜਾਗੀ। ਹੁਣ ਜਿਸ ਬੰਦੇ ਦਾ ਤੁਸੀਂ ਨਾਂ ਲੈ ਰਹੇ ਹੋ ਉਹਦੇ ਬਾਰੇ ਪਤਾ ਕਰ ਲਿਓ, ਰਣਜੀਤ ਸਿੰਘ ਬਾਰੇ, ਉਹਦਾ ਇੱਕ ਇੱਕ ਮਤਲਬ ਪੋਲੀਟੀਕਲ ਲੋਕਾਂ ਦੇ ਵਿੱਚ ਵਿਚਾਲੇ ਵਾਲਾ ਵਿਚੋਲਾ ਬਣੀ ਫਿਰਦਾ ਹੈ। ਕਾਹਦਾ ਜਹੇਦਾਰ ਆ? ਇਹੋ ਜਿਹੇ ਜਹੇਦਾਰਾਂ ਕਰਕੇ ਤਾਂ ਸਿੱਖ ਕੌਮ ਦਾ ਬੇੜਾ ਗਰਕ ਹੋਇਆ। ਹੁਣ ਇਹੋ ਜਿਹੇ ਜਹੇਦਾਰਾਂ ਨੂੰ ਲੱਗੇ ਲਾਇਆ ਵਾ ਨਾ ਆਪਾਂ ਨੇ, ਤਾਂ ਹੀ ਸਿੱਖ ਨੌਜਵਾਨ ਪਤੀਤ ਹੋ ਰਹੇ ਹਾਂ, ਕਿਉਂਕਿ ਉਹ ਨੌਜਵਾਨ ਦੇਖਦੇ ਆ ਵੀ ਜਿਹੜੇ ਸਾਡੇ ਮੋਢੀਆਂ ਇਹ ਤਾਂ ਲੀਡਰੀਆਂ ਕਰਦੇ ਫਿਰਦੇ ਆ, ਉਹ ਜਹੇਦਾਰੇ ਵਾਲੀ ਕਿਹੜੀ ਗੱਲ ਆ ਉਹਦੀ? ਉਹ ਜਹੇਦਾਰ ਉਹ ਤਾਂ ਸਿਰਫ ਇੱਕ ਵਿਚੋਲਾ ਬਣ ਚੁੱਕਿਆ ਵੀ ਕਦੇ ਮੋਦੀ ਨਾਲ ਮੀਟਿੰਗ ਕਰਾ ਦਿਉ, ਕਦੇ ਫਲਾਣੇ ਦੀ ਕਰਾ ਦਿਉ, ਕਦੇ ਢਿਮਕੇ ਦੀ ਕਰਾ ਦਿਉ, ਇਹਦਾ ਬ੍ਰੋਕਰ ਬਣ ਚੁੱਕਿਆ ਸੱਤਾ ਦੇ। ਮੇਰੇ ਹਿਸਾਬ 'ਚ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ, ਇਹ ਅਕਾਲ ਤਖਤ ਦੇ ਜਹੇਦਾਰ ਦੀ ਬਹੁਤ ਵੱਡੀ ਗਲਤੀ ਆ, ਰਣਜੀਤ ਸਿੰਘ ਦੀ ਵੀ ਵੱਡੀ ਗਲਤੀ ਆ, ਬੰਗਲਾ ਸਾਹਿਬ ਵਾਲੇ ਦੀ, ਉਹਨੂੰ ਸ਼ੋਭਾ ਨਹੀਂ ਦਿੰਦਾ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਾ ਦਵਾਂ, ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਨਾ, ਪਾਣੀ ਦੀ ਗੱਲ ਤਾਂ ਆਪਾਂ ਬਾਅਦ 'ਚ ਗਰਮ ਪੀਵਾਂਗੇ, ਕਿਉਂਕਿ ਪਹਿਲਾਂ ਚਾਹ ਤੋਂ ਵਗਾਰ ਜੇ ਪਾਣੀ ਫਿਰ ਗਰਮ ਤੱਤਾ ਠੰਡਾ ਤੱਤਾ ਵੀ ਹੋ ਜਾਂਦਾ। ਚਾਹ ਕੱਲੀਓ ਹੈ, ਵਿੱਚ ਕੁਛ ਹੋਰ ਤਾਂ ਨਹੀਂ ਪਾਇਆ ਹੋਇਆ ਵੀ ਅੱਜ ਤੁਸੀਂ ਬੜੀ ਭੜਾਸ ਕੱਢ ਰਹੇ ਹੋ। ਉਹ ਨਹੀਂ, ਭੜਾਸ ਵਾਲੀ ਗੱਲ ਨਹੀਂ, ਦੇਖੋ ਸਾਡੇ ਹਿਰਦੇ ਬਲੁੰਦਰੇ ਗਏ ਆ, ਅਤੇ ਸਾਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੀ ਗੱਲ ਸੁਣੋ ਦਰਸ਼ ਜੀ, ਮੇਰੀ ਗੱਲ ਧਿਆਨ ਨਾਲ ਸੁਣੋ। ਲਾਲ ਕਿਲ੍ਹੇ 'ਤੇ ਫਤਿਹ ਦਿਵਸ ਮਨਾਇਆ ਗਿਆ, ਤਾਂ ਲਾਲ ਕਿਲ੍ਹੇ ਫਤਿਹ ਦਿਵਸ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਮਨਜੀਤ ਸਿੰਘ ਜੀਕੇ ਦੇ ਸਮੇਂ ਤੋਂ ਮਨਾਉਣਾ ਸ਼ੁਰੂ ਕਰਿਆ ਉਹਨਾਂ ਨੇ, ਵੀ ਜਿਹੜੀ ਲਾਲ ਕਿਲ੍ਹੇ ਫਤਿਹ ਕਰਿਆ ਸੀਗਾ, ਜੱਸਾ ਸਿੰਘ ਜਰਨੈਲ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਉਹਨਾਂ ਨੇ, ਉਹਨਾਂ ਦੀ ਯਾਦ ਦੇ ਵਿੱਚ ਉਹ ਦਿਵਸ ਮਨਾਇਆ ਜਾਂਦਾ। ਉੱਥੇ ਨਹੀਂ ਗਿਆ ਇਹ, ਕਿਉਂਕਿ ਉਸ ਸਮੇਂ ਬੀਜੇਪੀ ਦੇ ਨਾਲ ਅੰਦਰੋਗਤੀ ਇਹਨਾਂ ਦੀ ਠੂਹ ਤੜੱਕ ਚੱਲ ਰਹੀ ਸੀਗੀ, ਅਤੇ ਇਹਨੂੰ ਹੁਕਮ ਨਹੀਂ ਹੋਇਆ, ਇਹ ਗਿਆ ਨਹੀਂ। ਇਹ ਕਹਿੰਦਾ ਉੱਥੇ ਗੁਰਮਰਿਆਦਾ ਦੀ ਪਾਲਣਾ ਨਹੀਂ ਹੋ ਰਹੀ, ਇੱਥੇ ਪਾਲਣਾ ਹੋ ਰਹੀ ਤੀ ਜਿੱਥੇ ਗਏ। ਚਲੋ ਦੇਖੋ ਬਰਾੜ ਸਾਹਿਬ, ਚਲੋ ਗੁੱਸਾ ਥੋੜ੍ਹਾ ਜਿਹਾ ਅੱਜ ਹੁਣ ਬਹੁਤ ਆਪਾਂ, ਮੈਂ ਮੰਨਦੇ ਹਾਂ ਤੁਹਾਡੇ ਭਾਵਨਾਵਾਂ ਬਹੁਤ ਇਸ ਨਾਲ ਬਲੁੰਦਰੀਆਂ ਗਈਆਂ ਨੇ, ਪਰ ਚਲੋ ਆਪਾਂ ਨਾਲ ਨਾਲ ਇੱਕ ਹੋਰ ਵੀ ਗੱਲ ਕਰ ਲਈਏ ਵੀ ਕੱਲ੍ਹ ਜਿਹੜੀਆਂ ਚੋਣਾਂ ਹੋਈਆਂ ਉਹਦੇ ਨਤੀਜੇ ਆਏ, ਖਾਸ ਤੌਰ 'ਤੇ ਜਿਹੜਾ ਹੈਗਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਕਿਆਸ ਰਾਈਆਂ ਦੇ ਬਾਵਜੂਦ ਉਹ ਮਤਲਬ ਜਿੱਤ ਗਈ, ਜਦਕਿ ਪੰਜਾਬ ਦੇ ਬਹੁਤ ਸਾਰੇ ਮਤਲਬ ਮਾਹਿਰ ਮੰਨੇ ਜਾਂਦੇ ਸਿਆਸੀ ਲੋਕ ਇਹ ਕਹਿੰਦੇ ਆ ਰਹੇ ਸੀਗੇ ਵੀ
आम आदमी पार्टी की जितनी भी यह सीट कांग्रेस के कोल ही जानी है हूँ वह आत्म मंथन कर लैन बैठे रहते मतलब अपनी अपनी दलीलां दे रहे भी इस तरह हा जित गई आ हो गया वो हो गया वो गल अलग है ये जी सब तो वही गल सामने आ रही है भी जी अकाली दल भारतीय जी है बसपा गठजोड़ है वो तीजे नंबर पर आया तो चौथे नंबर पर आई है भारतीय जनता पार्टी तो हूँ चर्चा ये भी चल रही है भी किमें ना किमें कि आने वाले समय के अकाली दल तो भारतीय जनता पार्टी एक बार फिर कट्ठे ना हो जाए थोनू किमें लगता भी ये कट्ठे हो जाएंगे हूँ देखो मैं थोनों एक गल दसा ये मैं कहना भी टुटे खाते मन तो यह समझ नहीं आ रही ये शुरू तो ही कट्ठे हाँ यदा सिर्फ एक तरीके गल इन्होंने एक चाल चली सी वो चाल कामयाब नहीं हुई बादल साहब का इतने तक कहते मेरे मरते दम तक 9 मार्च का रिश्ता खत्म नहीं हो सकता भी मेरे जिंदे जी कदे भी बीजेपी नाल तोड़ पछोड़ा नहीं हो सकता वो तो यह गल कहते तो उन्होंने भोते प्रधानमंत्री आया अपने पहली बार प्रधानमंत्री आया तो उस बाद आर एस एस के जोड़े बंदे पहला तो देखो चंडीगढ़ प्रधानमंत्री आए मोदी साहब आए फिर उस तो बाद अमित शाह भी उस बाद नड्डा साहब आए इस तो बाद जो अरदास हुई है अरदास तो अरदास अंतिम अरदास हुई है अंतिम अरदास अमित शाह भी आए है भी उस तो यह तो लग रहा है भी जी भारतीय जनता पार्टी की उपरली लीडरशिप है वह अकाली दल के नाल जुड़ना चाहती है पर पंजाब की जी लीडरशिप है वह चाहती है भी असं अड जे होके देखो गल कामयाबी तो हम बड़ी दूर दल पता गल की जदों तक इन्होंने अकालिया तुम्हें पता भी अकाली दल का डाउन होने का कारण की है अकाली दल के डाउन होने का कारण वा भी सिख सिद्धांतों तो दूर होना जिमें हम अकाल तख्त का जहेदार भी हो चुके हैं यही अकाली दल का डाउन सगा अकाली दल सिख सिद्धांतों तो परे जाके इन्हें जालम पुलिस अफसर जोड़े सके पंजाब की सत्ता के उत्ते लोगों के बिठाते जिन्होंने लोगों का घाण कराया जदों के इन्होंने वादा कराया भी एक जुडिशियल कमीशन बिठा के असी इनकुआरिया करावे दोषियों को सजाव देवे सजावं तो कि देनी होती है किसी डी जी पी बनाता किसी एस एस पी बनाता वह कराता उल्टा डेराबाद में उत्साहत करता डेराबाद में उत्साहत करके उस तो बाद बेअदबियां हो गई बेअदबियों के गोली चला के सिख नौजवान शहीद करता तो वह बेअदबी के दोषी इन्हों के होंदे नहीं फड़े गए तो बेअदबी सारे सरेआम इलाके पता था बेअदबी कि कराई आ गोली कि चलाई आ अणपछाती पुलिस हो गई उ नहीं इन्हों का खड़ा चढ़ रहा तो माफ़ी मंगी जाने असं कौम तो माफ़ी मांगते कि गल की माफ़ी मांग रहे हो गनाह का दसो ना भी मैं इस गनाह की माही मंग रहा मैं इतने गोली चलाई वो माही मंगी मैं जालम पुलिस अफसर लाया वो माही मंगी मैं दोषी पुलिस अफसर दजाव माफ़ कराने योगदान पाया मैं वो माही मंगी दविंदरपाल भुल्लर की जेल बदल समय असी रिकॉर्ड पाई भी बहुत खतरनाक आ जे यदि जेल बदलती तो यह जरा पंजाब का माहौल खराब हो जाएगा गलबात कर सकते नहीं गलबात तो देखो एक हो सकती है गलबात तो देखो इन्हों का दोनों का कोई सिद्धांत नहीं है जे ये सिद्धांतहीन हो के तो एक करे सकते हैं जे हूँ एक यही है भी अपने सत्ता के काबज होना तो हो जाएंगे क्योंकि इन्हों दिख रहा है उन्होंने दिख रहा भी साड़ी पिंडा च दाल नहीं गलती इन्हों दिख रहा साड़ी शहर च दाल नहीं गलती दाल गलाण दी तो मिक्सअप हो सकते हैं तो दूजे पासे देखो जो भाई भाई की जफ्फियां पै रही हैं मनप्रीत बादल और वह शो कर रहे हैं तो लोग बड़ा इन्ह के जोड़े लीडर आले दुआले राइट लैफ्ट आए भी दोनों भरा ए जड़ा दास ते पास वागू कट्ठे रहो तो बूटे कट्ठे ला रहे हैं चलो अपने वो बजुर्ग की याद के ला रहे हैं इन्हों है? जो मर्जी उन्होंने किरदार रहा हो जिमें मर्जी है पर इन्हों तो एक खास है उन्होंने इन्होंने एक राजनीतिक जीवन बख्शिया दोनों तो हो रहे अपने नेड़ले साथियों तो वह ना जदों ये हो रहे हैं तो इन तो लगता भी कितने ना कि जी ये दाल चंगी तरह गलूगी अगे ना अगे जाके अकाली दल कट्ठे सीगे उस टाइम भी अकाली दल ने बसपा छड्डिया सीगा भारतीय जनता पार्टी के लिए ते हुण फिर कोई इस तरह की बन रही है जिहड़ी जेकर अकाली दल फिर बसपा मतलब भारतीय जनता पार्टी के नेड़े चले जांदा है
ਤੇ ਬਸਪਾ ਦੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਗਲਦੀ ਵੀ ਗਈ ਜਿਹੜੇ ਢੰਗ ਦੇ ਨਾਲ ਆਪਣਾ ਯੂਪੀ ਦੇ ਵਿੱਚ ਚੋਣਾਂ ਹੋਈਆਂ ਨੇ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹਦੇ ਵਿੱਚ ਵੀ ਜਿਹੜੀ ਮਮਤਾ ਆਪਣਾ ਖਾਲਸਾ ਦੇ ਉਹਦੇ ਵੱਲੋਂ ਵੀ ਬੜਾ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਜਿਹੇ ਹਾਲਾਤ ਦੇ ਵਿੱਚ ਇਹ ਤਿੰਨੇ ਪਾਰਟੀਆਂ ਇੱਕ ਛਤਰੀ ਦੇ ਵਿੱਚ ਹੇਠਾਂ ਆ ਸਕਦੀਆਂ ਕਿ ਨਹੀਂ ਆ ਦੇਖੋ ਗੱਲ ਇਹ ਆ ਦੇਖੋ ਜੇ ਤਾਂ ਇਹਨਾਂ ਦੇ ਸਿਧਾਂਤ ਹੋਏ ਬਸਪਾ ਦੇ ਫੇਰ ਤਾਂ ਨਹੀਂ ਆ ਸਕਦੀਆਂ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹ ਹੈਗੀ ਮਨੂਵਾਦੀ ਪਾਰਟੀ ਅਤੇ ਜਿਸ ਹਿਸਾਬ ਨਾਲ ਚੱਲਦੇ ਆ ਇਹ ਠੀਕ ਹੈ ਇਹਨਾਂ ਨਾਲ ਵੀ ਜਿਹੜੇ ਇਸ ਕਾਡਰ ਦੇ ਲੋਕ ਲੱਗੇ ਹੋਏ ਆ ਪਰ ਉਹ ਹੁਣ ਹੇਠਲੇ ਲੈਵਲ 'ਤੇ ਨਹੀਂ ਰਹੇ ਉਹਨਾਂ ਦੀ ਆਰਥਿਕ ਸਥਿਤੀ ਅਰਮਾਪਤੀ ਵਾਲੀ ਕਾਰਪੋਰੇਟ ਘਰਾਣੇ ਵਾਲੀਆਂ ਜਿਹੜੇ ਇਹਨਾਂ ਨਾਲ ਲੱਗੇ ਹੋਏ ਆ ਉਹ ਆਮ ਦਲਿਤ ਨਹੀਂ ਰਿਹਾ ਜਿਹੜੇ ਆਮ ਦਲਿਤਾਂ ਦਾ ਜੋ ਮੁਸ਼ਕਲ ਹੈ ਉਹ ਉੱਪਰਲੇ ਨਹੀਂ ਸਮਝ ਸਕਦੇ ਅਮੀਰ ਦਲਿਤ ਅਤੇ ਇਸ ਕਰਕੇ ਜੇਕਰ ਤਾਂ ਇਹ ਸਿਧਾਂਤਕ ਤੌਰ 'ਤੇ ਕਾਇਮ ਰਹਿੰਦੇ ਹਾਂ ਫਿਰ ਤਾਂ ਇਹਨਾਂ ਦਾ ਇੱਕਾ ਬਣਦਾ ਨਹੀਂ ਪਰ ਇੱਕ ਵਾਰ ਕਾਫੀ ਸਮਾਂ ਪਹਿਲਾਂ ਇਹ ਜਿਹੜਾ ਬਹੁਜਨ ਸਮਾਜ ਪਾਰਟੀ ਅਤੇ ਜਿਹੜੀ ਆ ਬੀ ਜੇ ਪੀ ਵਗੈਰਾ ਇਹ ਵੀ ਅੰਦਰੋਂ ਗਤੀ ਕਿਤੇ ਤਾਲਮੇਲ ਕਰ ਬੈਠੇ ਤੇ ਯੂਪੀ ਦੇ ਵਿੱਚ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਦਾ ਸਿਸਟਮ ਹੋਇਆ ਜਿਹਦੇ ਕਰਕੇ ਜਿਹੜੀ ਸਮਾਜਵਾਦੀ ਪਾਰਟੀ ਉੱਥੇ ਡਾਊਨ ਹੋਈ ਆ ਇਹ ਸਾਰੇ ਯੂਪੀ ਦੇ ਲੋਕਾਂ ਨੂੰ ਪਤਾ ਹੈ ਵੀ ਅੰਦਰੋਂ ਗਤੀ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਤੋ ਬਾਕੀ ਕਿੱਥੇ ਤੱਕ ਪੰਜਾਬ ਦੀ ਸਿਆਸਤ ਆ ਪੰਜਾਬ ਦੀ ਸਿਆਸਤ ਜਿਹੜੀ ਆ ਪੰਜਾਬ ਦੇ ਲੋਕ ਥੋੜ੍ਹੇ ਡਿਫਰੈਂਟ ਆ ਇਹ ਵੱਖਰੀ ਗੱਲ ਆ ਵੀ ਹੁਣ ਪੰਜਾਬ ਦੇ ਵਿੱਚ ਬਾਹਰੋਂ ਲੋਕਾਂ ਦੇ ਆਉਣ ਦੇ ਨਾਲ ਇਹ ਅਜਿਹੀ ਕਿਸਮ ਦੀ ਸਿਆਸਤ ਚੱਲਦੀ ਹੈ ਜਿਵੇਂ ਜਲੰਧਰ ਦਾ ਹਲਕਾ ਤੁਸੀਂ ਕਹਿੰਦੇ ਹੋ ਨਾ ਜਲੰਧਰ ਦੇ ਹਲਕੇ ਦੇ ਵਿੱਚ ਕੀ ਆ ਉੱਥੇ ਬਾਹਰਲੀ ਪਾਪੂਲੇਸ਼ਨ ਵੀ ਕਾਫੀ ਆ ਅਤੇ ਉੱਥੇ ਉਹ ਜਿਹੜਾ ਕੱਟੜਵਾਦ ਵੀ ਹੈਗਾ ਅਤੇ ਪੋਲੇਰਾਈਜੇਸ਼ਨ ਵੀ ਹੋਈ ਆ ਅੰਮ੍ਰਿਤਪਾਲ ਦੇ ਇਸ਼ੂ 'ਤੇ ਪਹਿਲਾਂ ਅਮਨ ਕਾਨੂੰਨ ਦਾ ਬਣਾ ਕੇ ਜੀ ਡਰਾਇਆ ਗਿਆ ਸ਼ਹਿਰੀਆਂ ਨੂੰ ਧਮਕਾਇਆ ਵੀ ਇਹ ਹੋ ਜੂਗਾ ਸ਼ਹਿਰੀ ਹੈ ਇਹ ਇੱਕ ਜਿਹੜੀ ਇੱਕ ਧਰਮ ਦੇ ਲੋਕਾਂ ਨੂੰ ਖਤਰਾ ਪੈਦਾ ਹੋ ਜੂਗਾ ਉਹਦੇ ਨਾਲ ਫਿਰ ਉਹਨਾਂ ਨੂੰ ਰਾਹਤ ਪਹੁੰਚਾਉਣ ਦੇ ਲਈ NSA ਲੈ ਕੇ ਉਹਨਾਂ ਨੂੰ ਅੰਦਰ ਕਰਿਆ ਗਿਆ ਵੀ ਦੇਖੋ ਜੀ ਅਸੀਂ ਕਿੱਡੇ ਬਹਾਦਰ ਹਾਂ ਅਤੇ ਉਹਦਾ ਬੈਨੀਫਿਟ ਵੀ ਹੋਇਆ ਇਹਨਾਂ ਨੂੰ ਤੁਸੀਂ ਦੇਖ ਲਓ ਸ਼ਹਿਰੀ ਜਿਹੜੀ ਵੋਟ ਆ BJP ਨਾਲੋਂ ਆਪ ਨੂੰ ਜ਼ਿਆਦਾ ਚਲੇ ਗਈ ਅਤੇ ਜਦੋਂ ਕਿ BJP ਤੁਸੀਂ ਇਹ ਕਹਿੰਦੇ ਹੋ ਵੀ ਅਕਾਲੀ ਦਲ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਫਿਰ ਦੁਬਾਰਾ ਗੱਠਜੋੜ ਨਹੀਂ ਕਰਨਾ ਚਾਹੀਦਾ ਫਿਰ ਅਕਾਲੀ ਦਲ ਦੀ ਤਾਂ ਹੋਂਦ ਹੀ ਖਤਮ ਹੋ ਜੂਗੀ ਲੋਕ ਤਾਂ ਵੋਟ ਹੀ ਨਹੀਂ ਪਾ ਰਹੇ ਹੈਗੇ ਤੁਹਾਨੂੰ ਪਤਾ ਹੀ ਹੈ ਫਿਰ ਕਿਵੇਂ ਬਣੂਗਾ ਗੱਲ ਦੇਖੋ ਜੇ ਅਕਾਲੀ ਦਲ ਹੈਗਾ ਜੇ ਅਕਾਲੀ ਦਲ ਆ ਜੇ ਤਾਂ ਹੈਗਾ ਪੰਜਾਬੀ ਦਲ ਫਿਰ ਤਾਂ ਕੋਈ ਚੱਕਰ ਨਹੀਂ ਜੋ ਮਰਜ਼ੀ ਕਰੀ ਜਾਵੇ ਜੇ ਤਾਂ ਅਕਾਲੀ ਆ ਅਕਾਲੀ ਦਲ ਦੇ 1920 ਦੇ ਸਿਧਾਂਤਾਂ 'ਤੇ ਖੜ੍ਹਾ ਹੈ ਵੀ ਸਿੱਖ ਸਿਧਾਂਤਾਂ ਨੂੰ ਲੈ ਕੇ ਰਾਜਨੀਤੀ ਕਰਨੀ ਆ ਤਾਂ ਇਹਨੂੰ ਸਾਰੇ ਸਿੱਖਾਂ ਦੇ ਨਾਲ ਮਿਲ ਕੇ ਰਾਜਨੀਤੀ ਕਰਨੀ ਪਊਗੀ ਚਾਹੇ ਜਿਹੜੀ ਮਰਜ਼ੀ ਜਥੇਬੰਦੀ ਨਾਲ ਸੰਬੰਧਿਤ ਹੋਏ ਪਰ ਉਹ ਤੋਂ ਪਹਿਲਾਂ ਆਪਣਾ ਜਿਹੜਾ ਦਿਲੋਂ ਅਕਾਲ ਤਖ਼ਤ ਮੂਹਰੇ ਪੇਸ਼ ਹੋ ਕੇ ਲੋਕਾਂ ਦੇ ਸਾਹਮਣੇ ਇਕੱਲੀ ਗੱਲ ਦੀ ਇਹਨਾਂ ਨੂੰ ਮਾਫ਼ੀ ਮੰਗਣੀ ਪਊਗੀ ਸਾਰਿਆਂ ਨੂੰ ਖਾਲੀ ਸੁਖਬੀਰ ਬਾਦਲ ਨਹੀਂ ਹੋਰ ਵੀ ਬਹੁਤ ਸ਼ਾਮਿਲ ਹਾਂ ਫਿਰ ਤਾਂ ਇਹਨਾਂ ਦਾ ਇੱਕਾ ਹੋ ਜੂਗਾ ਪਰ ਜੇ ਇਸ ਤਰ੍ਹਾਂ ਹੀ ਵੀ ਮੈਂ ਮਾਫ਼ੀ ਵੀ ਨਹੀਂ ਮੰਗਣੀ ਮੈਂ ਸਿੱਖਾਂ ਦਾ ਲੀਡਰ ਵੀ ਬਣਨਾ ਇਹ ਦੋ ਕੰਮ ਨਹੀਂ ਹੋਣੇ ਹੈਗੇ ਬਾਕੀ ਜੇ ਪੰਜਾਬੀ ਪਾਰਟੀ ਦੇ ਤੌਰ 'ਤੇ ਜਿਵੇਂ ਮਰਜ਼ੀ ਚਾਹੇ BJP ਨਾਲ ਸਮਝੌਤਾ ਕਰੀ ਜਾਓ ਚਾਹੇ BSP ਨਾਲ ਕਰੀ ਜਾਓ ਉਹ BSP ਫਿਰ ਵੀ ਇੱਕ ਸਿਧਾਂਤਕ ਪਾਰਟੀ ਆ ਜਿਹੜੀ ਕਿ ਹੇਠਲੇ ਲੋਕਾਂ ਦੇ ਉਥਾਨ ਦੇ ਲਈ ਬਣਾਈ ਗਈ ਆ ਬਾਬੂ ਕਾਂਸੀ ਰਾਮ ਨੇ ਬਹੁਤ ਕੰਮ ਕਰਿਆ ਬਾਬੂ ਕਾਂਸੀ ਰਾਮ ਜੀ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਪਾਰਟੀ ਦਾ ਕੋਈ ਮੈਨੀਫੈਸਟੋ ਤਾਂ ਹੈ ਨਹੀਂ ਉਹ ਕਹਿੰਦੇ ਮੇਰੀ ਪਾਰਟੀ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਅਤੇ ਫਿਰ ਮੈਂ ਤਾਂ ਬਰਾੜ ਸਾਹਿਬ ਇਹ ਵੀ ਗੱਲ ਹੈ ਵੀ ਜੇਕਰ ਇੱਕ ਵਾਰ ਫਿਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨ ਵਾਸਤੇ ਬਸਪਾ ਨੂੰ ਇੱਕ ਵਾਰ ਫਿਰ ਜੇਕਰ ਧੋਖਾ ਦੇ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਇਹ ਹੈ ਵੀ ਜਿਹੜਾ ਦਲਿਤ ਹੈ ਉਹ ਅਕਾਲੀ ਦਲ ਨਾਲ ਪਾਸੇ ਹੀ ਹੋ ਜੂਗਾ ਜਿਹੜਾ ਅਕਾਲੀ ਦਲ ਦਾ ਆਪਣਾ ਕੇਡਰ ਹੈ ਉਹ ਵੀ ਪਾਸੇ ਹੋ ਜੂਗਾ ਵੀ ਇਹ ਇਸ ਤਰ੍ਹਾਂ ਨਾਲ ਕਰਦੀ ਹੈ ਮੈਨੂੰ ਲੱਗਦਾ ਹੈ ਵੀ ਇਸ ਗੱਲ ਕਰਕੇ ਜਿਹੜਾ ਹੈ ਅਕਾਲੀ ਦਲ ਨੂੰ ਬੜਾ ਸੋਚ ਸਮਝ ਕੇ ਹੀ ਜਿਹੜਾ ਫੈਸਲਾ ਲੈਣਾ ਚਾਹੀਦਾ ਤੁਸੀਂ ਨਾ ਬਿਲਕੁਲ ਸਹੀ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਤੁਸੀਂ ਤੁਹਾਡੀ ਗੱਲ ਸਹੀ ਹੈ ਅਤੇ ਇਹਦੇ 'ਚ ਪਤਾ ਕੀ ਆ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਾਤਸ਼ਾਹ ਨੇ ਜਦੋਂ ਪਹਾੜੀ ਰਾਜਿਆਂ ਨਾਲ ਤਕਰਾਰ ਹੋਇਆ ਤਾਂ ਪਹਾੜੀ ਰਾਜ ਕਹਿੰਦੇ ਵੀ ਗੱਲ ਇਹ ਆ ਵੀ ਅਸੀਂ ਅੰਮ੍ਰਿਤ ਛਕਣ ਨੂੰ ਵੀ ਤਿਆਰ ਹਾਂ ਅਸੀਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹਾਂ ਪਰ ਜਿਹੜਾ ਹੇਠਲਾ ਦਲਿਤ ਵਰਗ ਆ ਇਹਨਾਂ ਨੂੰ ਭਜਾ ਉਰੇ ਵੀ ਅਸੀਂ ਨਾ ਇਹਨਾਂ ਨਾਲ ਬੈਠ ਕੇ ਉਰੇ ਪੰਗਤ 'ਚ ਲੰਗਰ ਛਕਾਂਗੇ ਵੀ ਸਾਨੂੰ ਇਹਨਾਂ ਵੀ ਇਹਨਾਂ ਨੂੰ ਸਾਡੇ ਬਰਾਬਰ ਕਰੇਗਾ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਇਹਨ ਗਰੀਬ ਸਿੱਖਣ ਕਿਉਂ ਦਿਓ ਪਾਤਸ਼ਾਹੀ ਵੀ ਉਹ ਕਹਿੰਦੇ ਤੂੰ ਕਿਹੜੀ ਗੱਲ ਕਰਦੇ ਆ ਅਸੀਂ ਤਾਂ ਇਹਨਾਂ ਨੂੰ ਪਾਤਸ਼ਾਹੀ ਦੇਣੀ ਆ ਤੋ ਸਾਡਾ ਜਿਹੜਾ ਸਿਧਾਂਤ ਆ ਗੁਰੂ ਸਾਹਿਬ ਦਾ ਸਿਧਾਂਤ ਆ ਉਹ ਤਾਂ ਹੇਠਲੇ ਵਰਗ ਦੇ ਲੋਕਾਂ ਨਾਲ ਮਿਲਦਾ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਦੂਜੇ ਸੀਗੇ
ਹੇਠਲੇ ਹੇਠਲੇ ਵਰਗ ਜੋ ਸੀਗੇ ਤੇ ਉਹਨਾਂ ਦਾ ਮਕਸਦ ਇਹ ਸੀਗਾ ਵੀ ਇਹਨਾਂ ਦੀ ਮੈਂ ਦਸ਼ਾ ਸੁਧਾਰ ਕੇ ਇਹਨਾਂ ਨੂੰ ਉੱਪਰ ਲਿਆ ਕੇ ਇਹਨਾਂ ਨੂੰ ਪਾਤਸ਼ਾਹੀ ਬਖਸ਼ਣੀ ਆ ਤੇ ਬਾਬੂ ਕਾਂਸੀ ਰਾਮ ਵੀ ਕਹਿੰਦੇ ਸੀਗੇ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਮੈਨੀਫੈਸਟੋ ਆ ਤੇ ਤੁਹਾਨੂੰ ਸ਼ਾਇਦ ਇੱਕ ਸੁਣ ਕੇ ਇੱਕ ਗੱਲ ਦੀ ਬੜੀ ਹੈਰਾਨੀ ਹੋਊਗੀ ਵੀ ਜਿੰਨੀ ਨੇੜਤਾ ਬਾਬੂ ਕਾਂਸੀ ਰਾਮ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨਾਲ ਸੀਗੀ ਕਿਸੇ ਨਾਲ ਨਹੀਂ ਸੀਗੀ ਤੇ ਉਹਨਾਂ ਦੀ ਬਹੁਤ ਜ਼ਿਆਦਾ ਆਪਣੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਹ ਸਾਰੇ ਇਨਸਾਫ਼ ਦੀ ਲੜਾਈ ਲੜ ਰਹੇ ਆ ਉਹ ਇੱਕ ਵੱਖ ਉਹ ਵੱਡਾ ਇਹਨਾਂ ਦਾ ਆਪਸ 'ਚ ਬਾਬੂ ਕਾਂਸੀ ਰਾਮ ਦੇ ਉਹਨਾਂ ਟਾਈਮਾਂ 'ਚ ਅਤੇ ਬਾਬੂ ਕਾਂਸੀ ਰਾਮ ਨੇ ਕਿਸੇ ਸਮੇਂ ਜਿਹੜਾ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਸਿਮਰਜੀਤ ਸਿੰਘ ਮਾਨ ਵਾਲਾ ਇਹਨਾਂ ਨਾਲ ਵੀ ਏਕਾ ਰਿਹਾ ਉਹਨਾਂ ਦਾ ਇਹਨਾਂ ਇਹਨਾਂ ਨਾਲ ਵੀ ਮਿਲ ਕੇ ਇਲੈਕਸ਼ਨਾਂ ਲੜੀਆਂ ਤੋ ਕਹਿਣ ਦਾ ਭਾਵ ਆ ਜਿਹੜੇ ਦੇਖੋ ਸਿਧਾਂਤਕ ਤੌਰ 'ਤੇ ਜਿਹੜੀਆਂ ਗੱਲਾਂ ਹੈ ਤਾਂ ਜੇ ਤਾਂ ਆਪਾਂ ਨੇ ਬਿਲਕੁਲ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣਾ ਜੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਹੋਣਾ ਫਿਰ ਤਾਂ ਮਨੂਵਾਦੀ ਪਾਰਟੀਆਂ ਤੋਂ ਦੂਰੀ ਬਣਾਈ ਰੱਖਣ 'ਚ ਹੀ ਭਲਾ ਲੰਮੇ ਸਮੇਂ ਲਈ ਵਕਤੀ ਤੌਰ 'ਤੇ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਦਰਸ਼ਕ ਜੀ ਤੁਹਾਡੀ ਪਤਾ ਨਹੀਂ ਚਾਹ ਠੰਡੀ ਹੋ ਗਈ ਪਤਾ ਨਹੀਂ ਗਰਮ ਹੈ ਮੈਨੂੰ ਪਤਾ ਨਹੀਂ ਇਸ ਗੱਲ ਦਾ ਅਤੇ ਗੱਲ ਪਤਾ ਕੀ ਆ ਜੇ ਜੇ ਤੁਸੀਂ ਗੱਲ ਹੋਰ ਨੋਟ ਕਰੋ ਨਾ ਹਰਿਆਣੇ ਦੇ ਵਿੱਚ ਓਮ ਪ੍ਰਕਾਸ਼ ਚਟਾਲਾ ਨੇ ਬੀਜੇਪੀ ਵਾੜ ਲਈ ਤਾਂ ਚਟਾਲਾ ਕਿੱਥੇ ਗਿਆ ਬੀਜੇਪੀ ਦੀ ਸਰਕਾਰ ਆ ਗਈ ਇਹਨਾਂ ਨੂੰ ਬੀਜੇਪੀ ਦੀ ਕੋਈ ਗੱਲ ਨਹੀਂ ਤੀ ਉਹਦੇ ਸਿਰ 'ਤੇ ਆ ਗਏ ਇਸੇ ਤਰ੍ਹਾਂ ਪੰਜਾਬ 'ਚ ਵੀ ਇਹਨਾਂ ਦੀ ਕੋਈ ਗੱਲ ਨਹੀਂ ਸੀਗੀ ਪੰਜਾਬ 'ਚ ਵੀ ਇਹਨਾਂ ਨੇ ਇਹਨਾਂ ਨੂੰ ਆਪਣੇ ਤੋਂ ਉੱਪਰ ਲਿਆ ਖੜਾ ਕਰ ਲਿਆ ਅਤੇ ਇਹਦੇ ਜ਼ਿੰਮੇਵਾਰ ਇਹੀ ਲੋਕ ਆ ਇਹੀ ਜ਼ਿੰਮੇਵਾਰ ਲੋਕ ਇਹੀ ਜ਼ਿੰਮੇਵਾਰ ਇਹਨਾਂ ਨੇ ਆਪਣੇ ਕੰਡੇ ਬੀਜੇ ਹੋਏ ਆ ਇਹ ਹੁਣ ਆਪਣੇ ਤਰੀਕੇ ਗੱਲ ਪਰ ਹੁਣ ਪ੍ਰੋਬਲਮ ਇਹ ਆ ਗਈ ਫਰਕ ਇੰਨਾ ਪੈ ਗਿਆ ਵੀ ਸਿੱਖ ਜਿਹੜਾ ਨੌਜਵਾਨ ਸਿੱਖ ਆ ਨਾ ਜਿਹੜਾ ਕਿ ਤੁਸੀਂ ਪਿੰਡਾਂ ਦੇ ਵਿੱਚ ਆ ਚਾਹੇ ਉਹ ਨਸ਼ੇ ਕਰਦਾ ਚਾਹੇ ਹੋਰ ਕਰਦਾ ਜਿਵੇਂ ਮਰਜ਼ੀ ਕਰਦਾ ਉਹ ਸਿੱਖ ਸਿਆਸਤ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਲੱਗ ਗਿਆ ਵੀ ਇਹ ਜਿਹੜੀ ਇਹ ਇਹ ਕਿੱਧਰ ਨੂੰ ਜਾ ਰਿਹਾ ਇਹ ਕਿੱਧਰ ਨੂੰ ਜਾ ਰਿਹਾ ਅਤੇ ਇਹੀ ਕਾਰਨ ਆ ਇਹੀ ਕਾਰਨ ਆ ਤੁਸੀਂ ਦੇਖੋ ਜਲੰਧਰ ਦੇ ਵਿੱਚ ਨਾ ਕਈ ਵਾਰ ਕਈ ਸੋਚਦੇ ਹਾਂ ਵੀ ਇਹ ਵੋਟ ਬੜੀ ਘੱਟ ਪਈ ਆ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਕੈਂਡੀਡੇਟ ਆ ਗੁਰਜੰਟ ਸਿੰਘ ਕੱਟੂ 20,500 ਤੁਹਾਨੂੰ ਪਤਾ ਵੀ ਉੱਥੇ ਉਹਨਾਂ ਦਾ ਯੂਨਿਟੇ ਕੋਈ ਨਹੀਂ ਸੀਗਾ ਇੱਕ ਬੰਦਾ ਨਹੀਂ ਤਾ ਉਹਨਾਂ ਦਾ ਉਸ ਤੋਂ ਬਾਅਦ 20,500 ਵੋਟ ਪੈਣੀ ਆ ਇਸ ਗੱਲ ਨੂੰ ਦਰਸਾਉਂਦਾ ਵੀ ਅਕਾਲੀ ਦਲ ਜੇ ਸਿਧਾਂਤਾਂ ਦੇ ਨਾਲ ਨਾ ਮੁੜਿਆ ਅਕਾਲੀ ਦਲ ਆਪਣੀਆਂ ਭੁੱਲਾਂ ਨਾ ਬਖਸ਼ਾਈਆਂ ਤਾਂ ਇਹਦਾ ਬਣਨਾ ਚਾਹੇ ਬੀਜੇਪੀ ਨਾਲ ਸਮਝੌਤਾ ਕਰ ਲਵੇ ਚਾਹੇ ਕਿਸੇ ਹੋਰ ਨਾਲ ਕਰ ਲਵੇ ਠੀਕ ਹੈ ਠੀਕ ਹੈ ਪ੍ਰਾਣ ਸਾਹਿਬ ਗੱਲ ਇਹ ਹੈ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਥੋੜੀ ਚਾਹ ਮਿੱਠੀ ਸੀਗੀ ਫਿੱਕੀ ਸੀਗੀ ਦੇਖੋ ਮੈਂ ਤਾਂ ਜਾਂ ਫਿੱਕਾ ਚਾਹ ਤਾਂ ਮੇਰੀ ਨਾ ਫਿੱਕੀ ਆ ਨਾ ਮਿੱਠੀ ਆ ਠੀਕ ਚੱਲ ਰਹੀ ਥੋੜੀ ਜਿਹੀ ਨਾ ਮਿੱਠੀ ਕਰ ਲਿਆ ਕਰੋ ਬਾਲੇ ਕਾਲੇ ਬੋਲਦੇ ਹੋ ਫਿਰ ਕੱਲ ਨੂੰ ਨਾ ਫਿਰ ਜਿਹੜੇ ਹੈਗੇ ਲੀਡਰ ਨਾ ਤੁਹਾਨੂੰ ਮੈਂ ਤੁਹਾਨੂੰ ਇੱਕ ਸੁਣਾਵਾਂ ਇੱਕ ਗੱਲ ਸੁਣਾਓ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਸ਼ਾਇਰ ਦਾ ਦਰਸ਼ਕ ਜੀ ਤੁਸੀਂ ਕਹੋਗੇ ਵੀ ਚਾਹ ਪੀਂਦੇ ਪੀਂਦੇ ਕਿੱਥੇ ਹੁਣ ਚਲੋ ਸ਼ਾਇਰੀ ਵੀ ਤਾਂ ਹੀ ਆਉਂਦੀ ਹੈ ਜੇ ਚਾਹ ਮਿੱਠੀ ਹੋਵੇ ਜਾਂ ਖੱਟੀ ਹੋਵੇ ਉਹ ਕਹਿੰਦਾ ਆਲਣੇ ਸਾਰੇ ਨੇ ਕਾਵਾਂ ਉੱਲੂਆਂ ਸਾਂਭੇ ਹੋਏ ਕੋਈ ਟਹਿਣੀ ਵੀ ਹੁਮਾਂ ਦੇ ਵਾਸਤੇ ਖਾਲੀ ਨਹੀਂ ਕਹਿੰਦਾ ਸਾਰੀਆਂ ਟਾਹਣੀਆਂ ਤੇ ਸਾਰਿਆਂ ਦੇ ਤਾਂ ਉੱਲੂ ਬੈਠੇ ਆ ਹੁਣ ਤੇ ਹੁਮਾਂ ਵਿਚਾਰਾ ਉਹਨੂੰ ਕੋਈ ਥਾਂ ਨਹੀਂ ਮਿਲ ਰਹੀ ਹੁਮਾਂ ਇੱਕ ਬੜਾ ਵਧੀਆ ਪੰਛੀ ਆ ਜਿਹਨੂੰ ਆਲਣਾ ਵੀ ਨਹੀਂ ਨਸੀਬ ਹੁੰਦਾ ਉਹ ਹਵਾ 'ਚ ਉੱਡਦਾ ਰਹਿੰਦਾ ਤੇ ਹੁਣ ਸਿਸਟਮ ਇਹ ਆ ਵੀ ਜਿਹੜੇ ਜਿਹਨਾਂ ਦੇ ਕੋਈ ਸਿਧਾਂਤ ਆ ਜਿਹੜੇ ਸੋਚਦੇ ਆ ਕੋਈ ਸਿੱਖੀ ਬਾਰੇ ਸੋਚਦੇ ਆ ਉਹ ਦੁਖੀ ਹੋ ਰਹੇ ਆ ਪਰ ਸਿੱਖੀ ਦੀ ਜਿਹੜੀ ਵਾਗਡੋਰ ਆ ਉਹ ਉਹਨਾਂ ਲੋਕਾਂ ਦੇ ਕੋਲ ਆ ਜਿਹਨਾਂ ਦੇ ਸਿੱਖੀ ਨੇੜੇ ਤੇੜੇ ਵੀ ਨਹੀਂ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਜਿੰਨੇ ਵੀ ਅਕਾਲੀ ਲੀਡਰ ਆ ਮੈਨੂੰ ਇੱਕ ਨਾ ਇੱਕ ਦਰਸ਼ਕ ਇੱਕ ਹਾਈਕੋਰਟ 'ਚ ਇੱਕ ਦਿਨ ਇੱਕ ਵਕੀਲ ਮਿਲ ਗਿਆ ਉਹ ਅੱਜ ਕੱਲ੍ਹ ਉਹ ਮਤਲਬ ਬੜਾ ਵਧੀਆ ਉਹ ਕਰ ਰਿਹਾ ਗੁਰਬਾਣੀ ਦਾ ਅਤੇ ਗੀਤਾ ਦੇ ਉਹਨਾਂ ਦੀ ਵਿਆਖਿਆ ਕਰਦਾ ਉਹ ਅਤੇ ਉਹਨੂੰ ਵਕੀਲ ਬੜਾ ਉਹ ਚਰਚਿਤ ਹੋ ਰਿਹਾ ਬਹੁਤ ਵਧੀਆ ਕਰਦਾ ਉਹ ਕਹਿੰਦਾ ਪਤਾ ਕੀ ਆ ਕਹਿੰਦਾ ਇਹ ਕਹਿੰਦਾ ਜਿੰਨੇ ਵੀ ਅਕਾਲੀ ਲੀਡਰ ਆ ਇਹਨਾਂ ਨੂੰ ਕਹਿੰਦਾ ਮੂਲ ਮੰਤਰ ਦਾ ਇਹਨਾਂ ਦੇ ਪਾਠ ਸੁਣ ਲਓ ਵੀ ਇਹਨਾਂ ਨੂੰ ਆਉਂਦਾ ਕਿ ਨਹੀਂ ਆਉਂਦਾ ਤੁਸੀਂ ਜਪਜੀ ਸਾਹਿਬ ਦੀ 5 ਪੌੜੀਆਂ ਤੋਂ ਦੂਰ ਕਹਿੰਦਾ ਕਹਿੰਦਾ ਇਹਨਾਂ ਤੋਂ ਇੱਥੋਂ ਹੀ ਲਓ ਵੀ ਇਹ ਕਿੰਨੇ ਕੁ ਸਿੱਖੀ ਪ੍ਰਤੀ ਸੁਹਿਰਦਾ ਕੀ ਇਹਨਾਂ ਨੂੰ 5 ਪਿਆਰਾਂ ਦੇ ਨਾਂ ਯਾਦ ਆ ਕੀ ਇਹ ਸਿੱਖ ਸਿਧਾਂਤਾਂ ਦੇ ਖੜੇ ਆ ਨਹੀਂ ਖੜੇ ਇਹ ਕਿਹੜੀ ਇਹ ਤਾਂ ਹੁੰਦਾ ਭੇਖੀ ਇਕੱਠੇ ਹੋਏ ਮੈਂ ਸਾਰੇ ਮੈਂ ਤੁਹਾਨੂੰ ਦੱਸਣਾ ਠੀਕ ਹੈ ਜੀ ਤੁਸੀਂ ਮੈਂ ਤਾਂ ਹੀ ਮੈਂ ਕਹਿ ਰਿਹਾ ਹੁੰਦਾ ਵੀ ਥੋੜ੍ਹੇ ਜਿਹੇ ਨਾਲ ਬਿਸਕੁਟ ਵੀ ਲੈ ਲਿਆ ਕਰੋ ਚਾਹ ਵੀ ਲੈ ਲਿਆ ਕਰੋ ਉਹਦੇ ਨਾਲ ਇਹ ਹੁੰਦਾ ਵੀ ਥੋੜ੍ਹਾ ਜਿਹਾ ਮਿੱਠਾ ਬੋਲਿਆ ਜਾਂਦਾ ਠੀਕ ਹੈ ਵੀ ਕਹਿੰਦੇ ਹੁੰਦੇ ਆ ਵੀ ਇੱਕ ਪਾਤਰ ਸਾਹਿਬ ਦਾ ਹੈਗਾ ਵੀ ਇੰਨਾ ਵੀ ਸੱਚ ਨਾ ਬੋਲ ਹੈ ਕਿ ਕੱਲਾ ਰਹਿ ਜਾਵੇ ਹੈ ਜੀ ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਨੂੰ ਜਮਾਨਾ ਹੈਗਾ ਹੁਣ ਮੂੰਹ ਦੇਖ ਕੇ ਟਿੱਕੇ ਕੱਢਣ ਦਾ ਚਮਚਾਗਿਰੀ ਕਰਨ ਦਾ
ਜਹੇਦਾਰੀ ਛੱਡ ਕੇ ਹੁਣ ਚਮਚਾਗਿਰੀ ਕਰਦਾ ਫਿਰਦਾ, ਕਦੇ ਰਾਘਵ ਚੰਨੇ ਦੀ ਕਰਦਾ ਫਿਰਦਾ, ਕਦੇ ਚੰਨੇ ਦੀ ਕਰਦਾ ਫਿਰਦਾ, ਕਦੇ ਅਕਾਲੀਆਂ ਦੀ ਕਰਦਾ ਫਿਰਦਾ। ਬਰਾੜ ਸਾਹਿਬ ਅੱਜ ਤੁਹਾਡੀ ਵੀ ਚਾਹ ਖਤਮ ਹੋ ਗਈ ਹੈ, ਮੈਂ ਵੀ ਪੀ ਲਈ ਹੈ, ਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਪਹਿਲਾਂ ਪੀਣਗੇ ਜਾਂ ਬਾਅਦ ਚੋਂ ਪੀਣਗੇ, ਆਪਾਂ ਵਾਰੀ ਵਾਰੀ ਇਸ ਤਰ੍ਹਾਂ ਹੀ ਆਉਂਦੇ ਰਹਾਂਗੇ, ਵੀ ਨਾਲੇ ਚਾਹ ਦੀ ਚੁਸਕੀ ਲੈਂਦੇ ਰਿਹਾ ਕਰਾਂਗੇ, ਨਾਲੇ ਜਿਹੜੀ ਆ ਪੰਜਾਬ ਦੀਆਂ ਗੱਲਾਂ ਬਾਤਾਂ ਉਹ ਵੀ ਕਰਿਆ ਕਰਾਂਗੇ, ਨਾਲੇ ਸਾਡੇ ਬਾਜੀ ਸਾਹਿਬ ਵੀ ਸ਼ਾਮਿਲ ਹੋਇਆ ਕਰਨਗੇ, ਹੋਰ ਮਿੱਤਰ ਵੀ ਸ਼ਾਮਿਲ ਹੋਇਆ ਕਰਨਗੇ। ਇਹ ਜ਼ਰੂਰੀ ਨਹੀਂ ਹੈ ਅਸੀਂ ਮਤਲਬ ਇਸੇ ਤਰੀਕੇ ਨਾਲ ਬੈਠਿਆ ਕਰੀਏ, ਵੀ ਉਸ ਤਰ੍ਹਾਂ ਰਿਲੈਕਸ ਮੂਡ 'ਚ ਵੀ ਬੈਠਿਆ ਕਰਾਂਗੇ। ਚਲੋ ਤੁਸੀਂ ਅੱਜ ਸਾਡੇ ਨਾਲ ਚਾਹ ਪੀਤੀ, ਧੰਨਵਾਦ ਤੁਹਾਡਾ, ਬੜੀ ਵਧੀਆ ਗੱਲਾਂ ਵੀ ਕੀਤੀਆਂ, ਕੌੜੀਆਂ ਵੀ ਕੀਤੀਆਂ, ਮਿੱਠੀਆਂ ਵੀ ਕੀਤੀਆਂ, ਤੇ ਆਉਣ ਵਾਲੇ ਸਾਰੇ ਵਿੱਚ ਵਿਚਾਲੇ ਵਾਲੀ ਗੱਲਾਂ ਵੀ ਕਰਦੇ ਰਹਾਂਗੇ। ਚਲੋ ਸ਼ੁਕਰੀਆ, ਧੰਨਵਾਦ ਤੁਹਾਡੇ ਲਈ ਵੀ, ਘੱਟ ਮਿੱਠੇ ਵਾਲੀ ਚਾਹ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਚਲੋ ਚਾਹ ਦਾ ਮਲਾਈ ਵੀ ਹੈ, ਬਾਜੀਆ ਸਾਹਿਬ ਨੂੰ ਵੀ, ਸਾਡੇ ਵਰਗੇ ਨੂੰ ਤਾਂ ਚਾਹ ਪੁੱਛ ਕੇ ਵੀ ਰਾਜੀ। ਚਲੋ ਜੀ ਠੀਕ ਹੈ, ਸ਼ੁਕਰੀਆ ਜੀ, ਮਿਹਰਬਾਨੀ, ਚੰਗਾ ਜੀ, ਧੰਨਵਾਦ ਜੀ।